ਵਧਿਆ ਅਗਲੀ ਖਬਰ ਵੱਲ। ਹਾਰਡ ਡਰੱਗਸ ਦਾ ਧੰਦਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਜਗਦੀਪ ਸਿੰਘ ਭੋਲਾ ਮਾਮਲੇ ਵਿੱਚ ਪੁਲਿਸ ਨੇ ਇਸ ਮਾਮਲੇ 'ਚ ਨਾਮਜ਼ਦ ਪ੍ਰਦੀਪ ਸਿੰਘ ਧਾਲੀਵਾਲ, ਅਮਰਜੀਤ ਸਿੰਘ ਕੁੰਨਰ, ਅਮਰਿੰਦਰ ਸਿੰਘ ਲਾਡੀ ਛੀਨਾ ਅਤੇ ਲਹਿੰਬਰ ਸਿੰਘ ਦਲੇ ਜੋ ਕਿ ਇਸ ਸਮੇਂ ਕੈਨੇਡਾ ਵਿੱਚ ਨੇ, ਉਹਨਾਂ ਨੂੰ ਭਾਰਤ ਲਿਆਉਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਨੇ ਦੋਵਾਂ ਮੁਲਕਾਂ ਦੇ ਵਿਚਕਾਰ ਹੋਏ ਜਗਦੀਪ ਸਿੰਘ ਭੋਲਾ ਮਾਮਲੇ ਵਿੱਚ ਪੁਲਿਸ ਨੇ ਇਸ ਮਾਮਲੇ 'ਚ ਨਾਮਜ਼ਦ ਪ੍ਰਦੀਪ ਸਿੰਘ ਧਾਲੀਵਾਲ, ਅਮਰਿੰਦਰ ਦਾ ਸਾਹਮਣਾ ਕਰਨ ਵਾਲੇ ਲਹਿੰਬਰ ਸਿੰਘ ਦਲੇਰੀ ਛੀਨਾ ਅਤੇ ਅਮਰਿੰਦਰ ਸਿੰਘ ਲਾਡਾ ਵਿੱਚ ਨੇ, ਉਹਨਾਂ ਨੂੰ ਜੋ ਕਿ ਇਸ ਸਮੇਂ ਕੈਨੇਡਾ ਭਾਰਤ ਲਿਆਉਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਨੇ ਦੋਵਾਂ ਮੁਲਕਾਂ ਦੇ ਵਿਚਕਾਰ ਹੋਏ ਜਗਦੀਪ ਸਿੰਘ ਭੋਲਾ ਮਾਮਲੇ ਵਿੱਚ ਪੁਲਿਸ ਨੇ ਇਸ ਪ੍ਰਦੀਪ ਸਿੰਘ ਧਾਲੀਵਾਲ, ਅਮਰਿੰਦਰ ਦਾ ਸਾਹਮਣਾ ਕਰਨ ਵਾਲੇ ਮਾਮਲੇ 'ਚ ਨਾਮਜ਼ਦ ਅਮਰਜੀਤ ਸਿੰਘ ਕੁੰਨਰ ਛੀਨਾ ਅਤੇ ਲਹਿੰਬਰ ਸਿੰਘ ਦਲੇ ਅਮਰਿੰਦਰ ਸਿੰਘ ਲਾਡਾ ਵਿੱਚ ਨੇ, ਉਹਨਾਂ ਨੂੰ ਜੋ ਕਿ ਇਸ ਸਮੇਂ ਕੈਨੇਡਾ ਭਾਰਤ ਲਿਆਉਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਨੇ ਦੋਵਾਂ ਮੁਲਕਾਂ ਦੇ ਵਿਚਕਾਰ ਹੋਏ ਜਗਦੀਪ ਸਿੰਘ ਭੋਲਾ ਮਾਮਲੇ ਵਿੱਚ ਪੁਲਿਸ ਨੇ ਇਸ ਪ੍ਰਦੀਪ ਸਿੰਘ ਧਾਲੀਵਾਲ, ਅਮਰਿੰਦਰ ਦਾ ਸਾਹਮਣਾ ਕਰਨ ਵਾਲੇ ਮਾਮਲੇ 'ਚ ਨਾਮਜ਼ਦ ਸ਼ਸ਼ੀਕਾਂਤ ਅਤੇ ਹੋਰਨਾਂ ਵੱਲੋਂ ਇਸ ਕੇਸ ਸੰਬੰਧੀ ਹਾਈਕੋਰਟ ਵਿੱਚ ਪਾਈ ਜਨਹਿਤ ਪਟੀਸ਼ਨ ਤੇ ਪੁਲਿਸ ਵੱਲੋਂ ਅਗਲੀ ਪੇਸ਼ੀ ਤੇ ਜਵਾਬ ਦਾਖਲ ਕੀਤਾ ਜਾਵੇਗਾ।